ਇਬੀਡੀਐਮ ਵਿੱਚ ਭਾਗ ਲੈ ਕੇ ਹਸਪਤਾਲਾਂ ਅਤੇ ਮਰੀਜ਼ਾਂ ਨੂੰ ਹੋਣ ਵਾਲੇ ਲਾਭਾਂ ਬਾਰੇ ਮਾਡਿਊਲ ਵਿੱਚ ਤੁਹਾਡਾ ਸਵਾਗਤ ਹੈ। ਇਸ ਸਿੱਖਣ ਦੇ ਮਾਡਿਊਲ ਦੇ ਅੰਤ ਤੇ ਤੁਸੀਂ ਇਬੀਡੀਐਮ ਈਕੋ ਸਿਸਟਮ ਵਿੱਚ ਭਾਗ ਲੈ ਕੇ ਹਸਪਤਾਲ ਅਤੇ ਮਰੀਜ਼ਾਂ ਨੂੰ ਹੋਣ ਵਾਲੇ ਲਾਭਾਂ ਨੂੰ ਸਮਝਣ ਦੇ ਯੋਗ ਹੋਵੋਗੇ। ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਆਓ ਕਿਸੇ ਡਾਕਟਰ ਤੋਂ ਇਬੀਡੀਐਮ ਬਾਰੇ ਉਸਦੇ ਵਿਚਾਰਾਂ ਬਾਰੇ ਸੁਣੀਏ। ਅਣਜਾਣ 0041 0042 ਹੈਲੋ, ਅਸੀਂ ਸਾਰੇ ਮਹਿਸੂਸ ਕਰ ਰਹੇ ਹਾਂ ਕਿ ਸਿਹਤ ਸੰਭਾਲ ਬਹੁਤ ਸਾਰੀਆਂ ਨਵੀਆਂ ਤਕਨਾਲੋਜੀਆਂ ਦੇ ਕਾਰਨ ਵਿਸ਼ਵ ਭਰ ਵਿੱਚ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ ਅਤੇ ਹਸਪਤਾਲ ਪ੍ਰਬੰਧਨ, ਸੂਚਨਾ ਪ੍ਰਣਾਲੀ ਅਤੇ ਇਲੈਕਟ੍ਰਾਨਿਕ ਮੈਡੀਕਲ ਰਿਕਾਰਡਾਂ ਵਾਲੇ ਡਿਜੀਟਲ ਸਾਧਨਾਂ ਦੀ ਵਰਤੋਂ ਨੇ ਡਾਕਟਰਾਂ ਦੀ ਦੇਖਭਾਲ ਦੇ ਬਿੰਦੂ ਅਤੇ ਸਹੀ ਜਾਣਕਾਰੀ ਪ੍ਰਾਪਤ ਕਰਨ ਅਤੇ ਕਲੀਨਿਕੀ ਫੈਸਲਾ ਸਹਾਇਤਾ ਪ੍ਰਣਾਲੀ ਲਈ ਸਹੀ ਵਰਤੋਂ ਕਰਨ ਦੀ ਯੋਗਤਾ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਐਨਆਈਵੀਐਚ ਹਸਪਤਾਲਾਂ ਅਤੇ ਸਿਹਤ ਸੰਭਾਲ ਪ੍ਰਦਾਤਾਵਾਂ ਲਈ ਰਾਸ਼ਟਰੀ ਮਾਨਤਾ ਬੋਰਡ ਦਾ ਚੇਅਰਮੈਨ ਹੋਣ ਦੇ ਨਾਤੇ ਮੈਂ ਐਨਆਈਵੀਐਚ ਪ੍ਰਣਾਲੀ ਅਤੇ ਪ੍ਰਕਿਰਿਆਵਾਂ ਦੇ ਅੰਦਰ ਡਿਜੀਟਲ ਸਿਹਤ ਫੋਕਸ ਨੂੰ ਚਲਾਉਣ ਲਈ ਉਤਸੁਕ ਹਾਂ। ਐਨਆਈਵੀਐਚ ਰਾਸ਼ਟਰੀ ਸਿਹਤ ਅਥਾਰਟੀ ਐਨਐਨਐਚਏ ਅਤੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਆਈਬੀਡੀਐਮ ਵਰਗੀਆਂ ਸੰਸਥਾਵਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਸਾਡੀਆਂ ਯੋਜਨਾਵਾਂ ਨੂੰ ਸਮੁੱਚੇ ਐਨਐਨਐਚਏ ਅਤੇ ਆਈਬੀਡੀਐਮ ਦੇ ਯਤਨਾਂ ਨਾਲ ਜੋੜਿਆ ਜਾ ਸਕੇ। ਇਹ ਹਸਪਤਾਲਾਂ ਅਤੇ ਸਾਰੇ ਸਿਹਤ ਸੰਭਾਲ ਪ੍ਰਦਾਤਾਵਾਂ ਲਈ ਕਈ ਲਾਭ ਲਿਆਉਂਦਾ ਹੈ। ਉਦਾਹਰਨ ਲਈ, ਮਰੀਜ਼ਾਂ ਦੁਆਰਾ ਇਲੈਕਟ੍ਰਾਨਿਕ ਤਰੀਕੇ ਨਾਲ ਮੁਲਾਕਾਤਾਂ ਕੀਤੀਆਂ ਜਾ ਸਕਦੀਆਂ ਹਨ। ਇੱਕ ਵਾਰ ਜਦੋਂ ਮਰੀਜ਼ ਮੁਲਾਕਾਤ ਪੂਰੀ ਕਰ ਲੈਂਦਾ ਹੈ ਤਾਂ ਸਾਫਟਵੇਅਰ ਬਹੁਤ ਆਸਾਨੀ ਨਾਲ ਡਾਟਾ ਨੂੰ ਇਲੈਕਟ੍ਰਾਨਿਕ ਤਰੀਕੇ ਨਾਲ ਸੰਖੇਪ ਅਤੇ ਸਾਂਝਾ ਕਰ ਸਕਦਾ ਹੈ। ਇੱਕ ਵਾਰ ਦਾਅਵੇ ਤੇ ਮੁਆਵਜ਼ੇ ਜਮ੍ਹਾਂ ਕਰਨ ਤੋਂ ਬਾਅਦ ਆਮ ਪ੍ਰਬੰਧਕ ਲੋੜ ਹੋ ਸਕਦਾ ਹੈ। ਹਸਪਤਾਲ ਦੇ ਪੱਧਰ ਤੇ ਬਹੁਤ ਘੱਟ ਹੋ ਗਿਆ, ਹਾਲਾਂਕਿ ਇਹ ਕੇਵਲ ਤਾਂ ਹੀ ਹਸਪਤਾਲ ਵਿੱਚ ਸੰਭਵ ਹੈ ਜੇ ਹਸਪਤਾਲ ਨੇ ਆਈਬੀਡੀਐਮ ਪ੍ਰਣਾਲੀਆਂ ਅਤੇ ਸਰਟੀਫਿਕੇਟਾਂ ਵਿੱਚ ਏਕੀਕ੍ਰਿਤ ਕੀਤਾ ਹੋਵੇ। ਇਸ ਤਰੀਕੇ ਨਾਲ ਹਸਪਤਾਲ ਆਪਣੀ ਮਨੁੱਖੀ ਸ਼ਕਤੀ, ਆਪਣੇ ਐਚਆਰ ਅਤੇ ਹੋਰ ਸਰੋਤਾਂ ਦੀ ਵੱਧ ਤੋਂ ਵੱਧ ਸਮਰੱਥਾ ਨਾਲ ਵਰਤੋਂ ਕਰਨਗੇ। ਸਪੀਕਰ 0021 0239 ਮੈਂ ਦੇਸ਼ ਭਰ ਵਿੱਚ ਆਪਣੇ ਸਾਰੇ ਡਾਕਟਰੀ ਸਾਥੀਆਂ, ਹਸਪਤਾਲ ਅਤੇ ਸਿਹਤ ਸੰਭਾਲ ਪ੍ਰਦਾਤਾਵਾਂ ਨੂੰ ਇਸ ਨੂੰ ਸਮਝਣ ਦੀ ਅਪੀਲ ਕਰਦਾ ਹਾਂ। ਇਬੀਡੀਐਮ ਪਲੇਟਫਾਰਮ, ਇਸ ਦੀ ਵਿਧੀ ਅਤੇ ਇਸ ਨੂੰ ਕਿਵੇਂ ਅਪਣਾਉਣਾ ਹੈ। ਇਬੀਡੀਐਮ ਦੀ ਪਾਲਣਾ ਦਾ ਇੱਕ ਮਹੱਤਵਪੂਰਨ ਪਹਿਲੂ ਤੁਹਾਡੀ ਸੁਵਿਧਾ ਵਿਖੇ ਹਸਪਤਾਲ ਪ੍ਰਬੰਧਨ ਜਾਣਕਾਰੀ ਸਾਫਟਵੇਅਰ ਨੂੰ ਲਾਗੂ ਕਰਨਾ ਹੈ। ਮੈਂ ਸਮਝਦਾ ਹਾਂ ਕਿ ਇਸ ਨੂੰ ਕਰਨ ਲਈ ਕੁਝ ਕੋਸ਼ਿਸ਼ਾਂ ਦੀ ਲੋੜ ਹੋ ਸਕਦੀ ਹੈ, ਪਰ ਤੁਹਾਡੇ ਹਸਪਤਾਲ ਅਤੇ ਕਲੀਨਿਕ ਲਈ ਲੰਬੇ ਸਮੇਂ ਦੇ ਲਾਭ ਹੋਣਗੇ। ਸਪੀਕਰ 0031 0327 ਮਰੀਜ਼ਾਂ ਦੀ ਦੇਖਭਾਲ ਵਿੱਚ ਸੁਧਾਰ ਕਰਨ ਤੋਂ ਇਲਾਵਾ ਨਵੀਂ ਪ੍ਰਣਾਲੀ ਸਿਹਤ ਸੰਭਾਲ ਪ੍ਰਦਾਤਾਵਾਂ ਨੂੰ ਕੁਸ਼ਲਤਾ ਵਿੱਚ ਸੁਧਾਰ ਕਰਨ ਲਈ ਨਵੇਂ ਸਾਧਨ ਅਪਣਾਉਣ ਦੀ ਆਗਿਆ ਵੀ ਦੇਵੇਗੀ। ਦੋਸਤੋ, ਆਓ ਅੱਗੇ ਆਈਏ ਅਤੇ ਡਿਜੀਟਲ ਸਿਹਤ ਤਬਦੀਲੀ ਦੀ ਯਾਤਰਾ ਵਿੱਚ ਸ਼ਾਮਲ ਹੋਈਏ ਅਤੇ ਭਾਰਤ ਵਿੱਚ ਸਿਹਤ ਸੰਭਾਲ ਨੂੰ ਉੱਚ ਪੱਧਰ ਤੇ ਲਿਜਾਣ ਵਿੱਚ ਮਦਦ ਕਰਨ ਲਈ ਸਾਡੇ ਮਿਸ਼ਨ ਨੂੰ ਸ਼ੁਭਕਾਮਨਾਵਾਂ। ਆਓ ਇੱਕ ਉਦਾਹਰਣ ਨਾਲ ਸਮਝੀਏ। ਸਪੀਕਰ 0031 0340 0344 ਰਾਹੁਲ ਦੀ ਮਾਂ ਦੇ ਖੱਬੇ ਗੋਡੇ ਵਿੱਚ ਦਰਦ ਹੈ ਅਤੇ ਤੁਰੰਤ ਫਿਰਨ ਵਿੱਚ ਮੁਸ਼ਕਿਲ ਹੈ। ਸਪੀਕਰ 0341 0352 ਰਾਹੁਲ ਆਪਣੀ ਨਿੱਜੀ ਸਿਹਤ ਰਿਕਾਰਡ ਐਪਲੀਕੇਸ਼ਨ PHR ਐਪ ਰਾਹੀਂ ਆਪਣੇ ਤਾਲੁਕਾ ਵਿੱਚ ਕਿਸੇ ਵਿਸ਼ੇਸ਼ ਕਲੀਨਿਕ ਜਾਂ ਹਸਪਤਾਲ ਦੀ ਤਲਾਸ਼ ਕਰਦਾ ਹੈ। ਸਪੀਕਰ 0341 0402 ਜਦੋਂ ਉਹ ਡਾਕਟਰ ਰਾਸ਼ਟਰ ਦੇ ਵੈਰੀਫਾਈਡ ਕਲੀਨਿਕ ਨੂੰ ਆਪਣੇ ਨੇੜਲੇ ਇਲਾਕੇ ਦੇ ਨੇੜੇ ਏਬੀਡੀਐਮ ਅਧੀਨ ਰਜਿਸਟਰ ਦੇਖਦਾ ਹੈ ਤਾਂ ਉਸ ਨੂੰ ਰਾਹਤ ਮਿਲਦੀ ਹੈ। ਸਪੀਕਰ 0401 0404 900 ਫਿਰ ਉਹ ਆਪਣੇ PHR ਐਪ ਰਾਹੀਂ ਡਾਕਟਰ ਰਾਸ਼ਟਰ ਦੀ ਮੁਲਾਕਾਤ ਬੁੱਕ ਕਰਦਾ ਹੈ ਅਤੇ ਕਲੀਨਿਕ ਵਿੱਚ ਉਸ ਨੂੰ ਮਿਲਣ ਜਾਂਦਾ ਹੈ।
ਕਿਉਂਕਿ ਕਲੀਨਿਕ ਪਹਿਲਾਂ ਹੀ ਐਬੀਡੀਆ ਨੂੰ ਸਮਰੱਥ HMIS ਦੀ ਵਰਤੋਂ ਕਰ ਰਿਹਾ ਹੈ। ਡਾ ਰਾਸ਼ਨ ਨੇ ਰਾਹੁਲ ਦੀ ਮਾਂ ਦੇ ਪਿਛਲੇ ਸਿਹਤ ਰਿਕਾਰਡਾਂ ਤੱਕ ਆਨਲਾਈਨ ਪਹੁੰਚ ਦੀ ਬੇਨਤੀ ਕੀਤੀ ਹੈ। ਸਪੀਕਰ 1-0-4-19-0-4-31 ਰਾਹੁਲ ABDM ਦੇ ਹਿੱਸੇ ਵਜੋਂ ਸਹਿਮਤੀ ਮੈਨੇਜਰ ਗਿਵੇ ਰਾਹੀਂ ਅਰਜ਼ੀ ਤੇ ਲੋੜੀਂਦੀ ਸਹਿਮਤੀ ਦੇ ਕੇ PHR ਐਪ ਦੀ ਵਰਤੋਂ ਕਰਕੇ ਆਪਣੀ ਮਾਂ ਦੇ ਸਿਹਤ ਲਾਕਰ ਵਿੱਚ ਸਟੋਰ ਕੀਤੇ ਸਿਹਤ ਰਿਕਾਰਡਾਂ ਨੂੰ ਤੇਜ਼ੀ ਨਾਲ ਸਾਂਝਾ ਕਰਦਾ ਹੈ। ਰਾਸ਼ਨ ਰਾਹੁਲ ਦੀ ਮਾਂ ਦੀ ਜਾਂਚ ਕਰਦਾ ਹੈ ਤੇ ਉਸਦੇ ਪਿਛਲੇ ਰਿਕਾਰਡਾਂ ਦਾ ਮੁਲਾਂਕਣ ਕਰਦਾ ਹੈ। ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ਤੇ ਡਾਕਟਰ ਰਾਸ਼ਿਦ ਰਾਹੁਲ ਨੂੰ ਆਪਣੀ ਮਾਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਣ ਦੀ ਸਿਫਾਰਿਸ਼ ਕਰਦਾ ਹੈ, ਜੋ ਕਿ ABDM ਦੀ ਭਾਗੀਦਾਰੀ ਸਹੂਲਤ ਵੀ ਹੈ। ਸਪੀਕਰ 1-0-4-47-0-4-52 ਕਿਉਂਕਿ ਜ਼ਿਲ੍ਹਾ ਹਸਪਤਾਲ ਬਹੁਤ ਦੂਰ ਹੈ, ਇਸ ਲਈ ਡਾ ਰਾਸ਼ਿਦ ਦਾ ਅਨੁਰਾਗ ਨਾਲ ਟੈਲੀਕਨਸਲਟੇਸ਼ਨ ਦੀ ਸਿਫਾਰਿਸ਼ ਕਰਦੇ ਹਨ। ਅਤੇ ਰਾਹੁਲ ਨੂੰ ਆਪਣੀ ਮਾਂ ਦੀਆਂ ਰਿਪੋਰਟਾਂ ਸਾਂਝੀਆਂ ਕਰਨ ਦੀ ਬੇਨਤੀ ਕਰਦਾ ਹੈ। ਸਪੀਕਰ 1-0-4-58-0-5-3 ਰਾਹੁਲ ਬੇਨਤੀ ਨੂੰ ਸਵੀਕਾਰ ਕਰਦਾ ਹੈ ਅਤੇ ਜਲਦੀ ਹੀ ਆਪਣੀ ਮਾਂ ਦੀਆਂ ਰਿਪੋਰਟਾਂ ਨੂੰ ਆਪਣੇ PHR ਐਪ ਰਾਹੀਂ ਸਾਂਝਾ ਕਰਦਾ ਹੈ। ਟੈਲੀਕੰਸਲਟੇਸ਼ਨ ਰਾਹੀਂ ਅਤੇ ਰਾਹੁਲ ਦੀ ਮਾਂ ਦੇ ਵਿਆਪਕ ਅਤੇ ਨਵੀਨਤਮ ਸਿਹਤ ਰਿਕਾਰਡਾਂ ਤੱਕ ਪਹੁੰਚ ਪ੍ਰਾਪਤ ਕਰਕੇ ਡਾ ਅਨੁਰਾਗ ਰਾਹੁਲ ਨੂੰ ਸਲਾਹ ਦਿੰਦਾ ਹੈ ਕਿ ਉਹ ਆਪਣੀ ਮਾਂ ਨੂੰ ਵਿਸਥਾਰ ਜਾਂਚ ਲਈ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰੇ। ਸਪੀਕਰ 1-0-5-58-0-5-23 ਜ਼ਿਲ੍ਹਾ ਹਸਪਤਾਲ ਵਿਖੇ ਡਾਕਟਰ ਗੁੱਡੇ ਦੇ ਜੋੜਾਂ ਦੀ ਐਕਸਰੇ ਜਾਂਚ ਕਰਵਾਉਣ ਦੀ ਸਿਫਾਰਿਸ਼ ਕਰਦਾ ਹੈ। ਸਪੀਕਰ 1-0-5-24-0-5-29 ਐਕਸਰੇ ਦੇ ਨਤੀਜਿਆਂ ਦੇ ਆਧਾਰ ਤੇ ਡਾ ਅਨੁਰਾਗ ਰਾਹੁਲ ਦੀ ਮਾਂ ਲਈ ਫਿਜੀਓਥੈਰੇਪੀ ਸੈਸ਼ਨਾਂ ਦਾ ਸੁਝਾਅ ਦਿੰਦਾ ਹੈ। ਬਾਅਦ ਵਿੱਚ ਰਾਹੁਲ ਦੀ ਮਾਂ ਫਿਜੀਓਥੈਰੇਪੀ ਇਲਾਜ ਕਰਵਾਉਂਦੀ ਹੈ ਅਤੇ ਛੁੱਟੀ ਮਿਲ ਜਾਂਦੀ ਹੈ। ਜ਼ਿਲ੍ਹਾ ਹਸਪਤਾਲ HMIS ਵਿੱਚ ਡਿਸਚਾਰਜ ਸੰਖੇਪ ਰਿਕਾਰਡ ਰੱਖਦਾ ਹੈ। ਇਹ ਡਿਸਚਾਰਜ ਸੰਖੇਪ ਰਾਹੁਲ ਦੀ ਮਾਂ ਦੇ ABHI ਨੰਬਰ ਨਾਲ ਵੀ ਜੁੜਿਆ ਹੋਇਆ ਹੈ ਅਤੇ ਰਾਹੁਲ ਦੀ ਮਾਂ ਦੁਆਰਾ ਕਿਸੇ ਵੀ ਸਮੇਂ ਅਤੇ ਕਿਸੇ ਹੋਰ ਸੇਵਾ ਪ੍ਰਦਾਤਾ ਦੁਆਰਾ ਮਰੀਜ਼ ਦੀ ਉਚਿਤ ਸਹਿਮਤੀ ਨਾਲ ਐਕਸੈਸ ਕੀਤਾ ਜਾ ਸਕਦਾ ਹੈ। ਰਾਹੁਲ ਦੀ ਮਾਂ ਦੀ ਉਦਾਹਰਣ ਤੋਂ ਇਹ ਸਪਸ਼ਟ ਹੈ ਕਿ ABDM ਸਿਹਤ ਸੰਭਾਲ ਪ੍ਰਦਾਨ ਕਰਨ ਵਿੱਚ ਸੁਧਾਰ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈ ਅਤੇ ਹਸਪਤਾਲਾਂ ਦੇ ਨਾਲ ਨਾਲ ਮਰੀਜ਼ਾਂ ਨੂੰ ਵੀ ਕਈ ਲਾਭ ਪ੍ਰਦਾਨ ਕਰਦੀ ਹੈ। ਹੁਣ ਆਓ ਵੇਖਦੇ ਹਾਂ ਕਿ ਹਸਪਤਾਲ ABDM ਵਿੱਚ ਭਾਗ ਲੈ ਕੇ ਲਾਭ ਕਿਵੇਂ ਲੈ ਸਕਦੇ ਹਨ। ਹਸਪਤਾਲ ਆਪਣੀਆਂ ਵਿਸ਼ੇਸ਼ਤਾਵਾਂ, ਪੇਸ਼ ਕੀਤੀਆਂ ਜਾਂਦੀਆਂ ਸੇਵਾਵਾਂ ਅਤੇ ਸੰਪਰਕ ਵੇਰਵਿਆਂ ਦਾ ਪ੍ਰਚਾਰ ਕਰਨ ਦੇ ਯੋਗ ਹੋਣਗੇ, ਜਿਸ ਨਾਲ ਵਿਅਕਤੀਆਂ ਜਾਂ ਮਰੀਜ਼ਾਂ ਲਈ ਵਿਆਪਕ ਖੋਜ ਯੋਗਤਾ ਸਮਰੱਥ ਹੋਵੇਗੀ। ਤਸਦੀਕ ਕੀਤੀਆਂ ਸਿਹਤ ਰਜਿਸਟਰੀਆਂ ਅਤੇ ਸੂਚੀਬੱਧ ਕਰਨ ਨਾਲ ਆਨਲਾਈਨ ਮੌਜੂਦਗੀ ਵਧੇਗੀ ਅਤੇ ਵਿਅਕਤੀਆਂ ਜਾਂ ਮਰੀਜ਼ਾਂ ਵਿੱਚ ਵਿਸ਼ਵਾਸ ਪੈਦਾ ਹੋਵੇਗਾ। ਮਰੀਜ਼ਾਂ ਦੇ ਪਿਛਲੇ ਰਿਕਾਰਡਾਂ ਦੀ ਆਸਾਨ ਉਪਲਬਧਤਾ ਦੇ ਨਾਲ ਨਿਦਾਨ ਤੇਜ਼ ਅਤੇ ਸਹੀ ਹੋ ਸਕਦਾ ਹੈ, ਜਿਸ ਨਾਲ ਬਿਹਤਰ ਇਲਾਜ ਯੋਜਨਾ ਅਤੇ ਮਰੀਜ਼ਾਂ ਦੀ ਬਿਹਤਰ ਦੇਖਭਾਲ ਹੋਵੇਗੀ। ਹਸਪਤਾਲ ਵਾਲੇ ਮਰੀਜ਼ਾਂ ਨੂੰ ਜਲਦੀ ਰਜਿਸਟਰ ਕਰ ਸਕਣਗੇ ਅਤੇ ਉਹਨਾਂ ਦੇ ਪ੍ਰਮਾਣ ਪੱਤਰਾਂ ਦੀ ਆਸਾਨੀ ਨਾਲ ਪੁਸ਼ਟੀ ਕਰ ਸਕਣਗੇ। ABDM ਹਸਪਤਾਲ ਨੂੰ ਮਰੀਜ਼ਾਂ ਦੀ ਜਾਣਕਾਰੀ ਅਤੇ ਹਸਪਤਾਲ ਦੇ ਕਾਰਜਾਂ ਦਾ ਪ੍ਰਬੰਧਨ ਕਰਨ, ਹਸਪਤਾਲ ਨੂੰ ਕੁਸ਼ਲ ਬਣਾਉਣ ਅਤੇ ਕਾਰੋਬਾਰ ਦੇ ਵਾਧੇ ਨੂੰ ਚਲਾਉਣ ਲਈ HMIS ਦੀ ਵਰਤੋਂ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਦਾ ਹੈ। ਭਵਿੱਖ ਵਿੱਚ ਹਸਪਤਾਲ ਲਈ ਵੱਖ ਵੱਖ ਸੰਸਥਾਵਾਂ ਨਾਲ ਰਜਿਸਟਰ ਕਰਨ, ਲਾਇਸੈਂਸਾਂ ਦੇ ਨਵੀਨੀਕਰਨ ਅਤੇ ਬੀਮਾ ਏਜੰਸੀਆਂ ਅਤੇ TPA ਆਦਿ ਨਾਲ ਆਸਾਨੀ ਨਾਲ ਸੂਚੀਬੱਧ ਕਰਨ ਲਈ ਸਿੰਗਲ ਪਲੇਟਫਾਰਮ ਉਪਲਬਧ ਹੋਵੇਗਾ। ਆਓ ਦੇਖੀਏ ਕਿ ABDM ਵਿੱਚ ਭਾਗ ਲੈਣ ਨਾਲ ਮਰੀਜ਼ਾਂ ਨੂੰ ਕਿਵੇਂ ਲਾਭ ਹੋਵੇਗਾ। ਮਰੀਜ਼ ਆਪਣੇ ਵਿਲੱਖਣ ਸਿਹਤ ਪਛਾਣਕਤਾ ਦੀ ਵਰਤੋਂ ਆਪਣੇ ਸਿਹਤ ਰਿਕਾਰਡਾਂ ਨੂੰ ਜੋੜਨ ਅਤੇ ਸਾਂਝਾ ਕਰਨ ਲਈ ਕਰਨ ਦੇ ਯੋਗ ਹੋਣਗੇ, ਜਿਵੇਂ ਕਿ ਡਾਕਟਰ ਦੀਆਂ ਤਜਵੀਜ਼ਾਂ, ਲੈਬ ਰਿਪੋਰਟਾਂ, ਪਿਛਲੀਆਂ ਡਿਸਚਾਰਜ ਸੰਖੇਪ ਆਦਿ। ABDM ਇਕੋਸਿਸਟਮ ਵਿੱਚ ਇਲੈਕਟ੍ਰਾਨਿਕ ਰੂਪ ਵਿੱਚ ਮਰੀਜ਼ ABDM ਸਮਰੱਥ ਸਿਹਤ ਸੰਭਾਲ ਪੇਸ਼ੇਵਰਾਂ ਅਤੇ ਸੁਵਿਧਾਵਾਂ ਨਾਲ ਖੋਜ ਕਰਨ, ਮੁਲਾਕਾਤਾਂ ਬੁੱਕ ਕਰਨ ਅਤੇ ਸਲਾਹ ਮਸ਼ਵਰਾ ਕਰਨ ਦੇ ਯੋਗ ਹੋਵੇਗਾ। ਮਰੀਜ਼ ਸਮੇਂ ਅਤੇ ਦਸਤਾਵੇਜ਼ਾਂ, ਰਜਿਸਟ੍ਰੇਸ਼ਨ, ਮੁਲਾਕਾਤ, ਬੁਕਿੰਗ ਅਤੇ ਸਲਾਹ ਮਸ਼ਵਰੇ ਦੀ ਕੁਝ ਲਾਗਤ ਦੀ ਬਚਤ ਕਰਨ ਦੇ ਯੋਗ ਹੋਵੇਗਾ। ਮਰੀਜ਼ਾਂ ਨੂੰ ਸਿਹਤ ਸੰਭਾਲ ਸੇਵਾ ਪ੍ਰਦਾਤਾਵਾਂ ਵਿੱਚ ਸਿਹਤ ਰਿਕਾਰਡਾਂ ਦੀਆਂ ਸਰੀਰਕ ਕਾਪੀਆਂ ਲਿਜਾਣ ਦੀ ਲੋੜ ਨਹੀਂ ਹੋਵੇਗੀ।
ਮਰੀਜ਼ ਲੰਬੇ ਸਮੇਂ ਵਿੱਚ ਆਪਣੇ ਸਿਹਤ ਰਿਕਾਰਡਾਂ ਦਾ ਪ੍ਰਬੰਧਨ ਅਤੇ ਸਾਂਭ ਸੰਭਾਲ ਕਰਨ ਦੇ ਯੋਗ ਹੋਣਗੇ। ਮਰੀਜ਼ਾਂ ਨੂੰ ਓਪੀਡੀ ਰਜਿਸਟ੍ਰੇਸ਼ਨ ਲਈ ਲੰਬੀਆਂ ਕਤਾਰਾਂ ਤੋਂ ਮੁਕਤੀ ਮਿਲੇਗੀ। ਆਓ ਹਸਪਤਾਲ ਨੂੰ ਹੋਣ ਵਾਲੇ ਲਾਭਾਂ ਦਾ ਸੰਖੇਪ ਵਿੱਚ ਦੱਸੀਏ। ਇਬੀਡੀਐਮ ਹਸਪਤਾਲ ਨੂੰ ਬਿਹਤਰ ਸਿਹਤ ਸੰਭਾਲ ਜਾਣਕਾਰੀ ਤੱਕ ਪਹੁੰਚ ਪ੍ਰਾਪਤ ਕਰਨ ਦੇ ਯੋਗ ਬਣਾਉਂਦਾ ਹੈ, ਜਿਸ ਦੇ ਨਤੀਜੇ ਵਜੋਂ ਮਰੀਜ਼ਾਂ ਦੀ ਬਿਹਤਰ ਦੇਖਭਾਲ ਹੁੰਦੀ ਹੈ ਅਤੇ ਮਰੀਜ਼ਾਂ ਨੂੰ ਪਹੁੰਚਯੋਗਤਾ, ਸਮਰੱਥਾ ਅਤੇ ਗੁਣਵੱਤਾ ਵਾਲੀ ਦੇਖਭਾਲ ਦੇ ਮਾਮਲੇ ਵਿੱਚ ਸਹੂਲਤ ਮਿਲਦੀ ਹੈ। ਇਬੀਡੀਐਮ ਬਾਰੇ ਵਧੇਰੇ ਜਾਣਕਾਰੀ ਵਾਸਤੇ ਇਬੀਡੀਐਮ ਵੈਬਸਾਈਟ 'ਤੇ ਜਾਓ ਅਤੇ ਸਾਡੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਨੂੰ ਫਾਲੋ ਕਰੋ।